ਸੱਚੀ ਗੱਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਅੱਜ ਦੀ ਪਹਿਲੀ ਖਬਰ ਵੱਲ ਪਾਰਤ ਤੇ ਕੈਨੇਡਾ ਦਰਮਿਆਨ ਵਾਦੇ ਵਿਵਾਦ ਦੇ ਮੱਦੇ ਨਜ਼ਰ ਕੈਨੇਡਾ ਦੇ ਭਾਰਤ ਵਿਚਾਲੇ ਸਾਬਕਾ ਰਾਜਦੂਤ ਕੈਮਰਨ ਮੈਕੀਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਦੇ ਵਿੱਚ ਖਾਲਿਸਤਾਨੀ ਵੱਖਵਾਦੀ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਦੀ ناکਾਮ ਕੋਸ਼ਿਸ਼ ਤੇ ਕੈਨੇਡਾ ਦੇ ਵਿਛਰਦੀਪ ਸਿੰਘ ਨਿੱਜਰ ਦੀ ਹੱਤਿਆ ਇੱਕੀ ਸਾਜ਼ਿਸ਼ ਦਾ ਹਿੱਸਾ ਸੀ ਅਗਸਤ ਵਿੱਚ ਭਾਰਤ ਛੱਡਣ ਵਾਲੇ ਕੈਮਰਨ ਨੇ ਕਿਹਾ ਹੈ ਕਿ ਇਹਨਾਂ ਮਸਲਿਆਂ ਦਾ ਅਮਰੀਕਾ ਤੇ ਕੈਨੇਡਾ ਵੱਖੋ ਵੱਖਰੀ ਜਾਂਚ ਕਰ ਰਿਹਾ ਤੇ ਕਿਹਾ ਹੈ ਕਿ ਪਾਰਤ ਸੋਚਦਾ ਹੈ ਕਿ ਉੱਤੇ ਏਜੰਟ ਵਿਦੇਸ਼ੀ ਧਰਤੀ ਤੇ ਹਿੰਸਾ ਕਰਕੇ ਵਾਪਸ ਬਚ ਕੇ ਆ ਸਕਦੇ ਨੇ ਜੋ ਕਿ ਗਲਤ ਹੈ ਇੱਕ ਇੰ ਤੇ ਗਲਤੀ ਹੈ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਕੈਨੇਡਾ ਦੀ ਧਰਤੀ ਤੇ ਸਿੱਖ ਕਟੜਪੰਥੀ ਹਰਦੀਪ ਸਿੰਘ ਨਿਹਜੜ ਦੀ ਹੱਤਿਆ 'ਚ ਭਾਰਤ ਸਰਕਾਰ ਦੇ ਸ਼ਮੂਲੀਅਤ ਸੰਬੰਧੀ ਆਟਵਾ ਬੋਲੋ ਲਗਾਏ ਗਏ ਦੋਸ਼ਾਂ ਨੂੰ ਨਵੀਂ ਦਿੱਲੀ ਨੇ ਖਾਰਜ ਕਰ ਦਿੱਤਾ ਸੀ ਜਿਸ ਮਾਮਲੇ ਸੰਬੰਧੀ ਹਾਲ ਹੀ ਦੇ ਵਿੱਚ ਮੋੜ ਤਣਾ ਵਦਨ ਮਗਰੋਂ ਭਾਰਤ ਨੇ 6 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਤੇ ਇਹ ਕੈਨੇਡੀਅਨ ਡਿਪਲੋਮੈਟ ਬੀਤੇ ਦਿਨੀ ਨਵੀਂ ਦਿੱਲੀ ਛੱਟ ਕੇ ਗਏ ਸਨ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਅਤੇ 5 ਹੋਰ ਡਿਪਲੋਮੈਟਾਂ ਨੂੰ ਵੀ ਕੈਨੇਡਾ ਤੋਂ ਵਾਪਸ ਸੱਦ ਲਿਆ ਤੇ ਕੈਮਰਨ ਮੈਕੀ ਮੁਤਾਬਕ ਕੈਨੇਡਾ ਸਰਕਾਰ ਲਈ ਨਾ ਮਾਮਲਿਆਂ ਦੇ ਵਿੱਚ ਕੈਨੇਡਾ ਨਾਲ ਸਹਿਯੋਗ ਨਹੀਂ ਕੀਤਾ। ਦਿੱਲੀ ਪੁਲਿਸ ਨੇ ਕਿ CRPF ਸਕੂਲ ਨੇੜੇ ਹੋਏ ਧਮਾਕੇ ਦੇ ਵਿੱਚ ਸੰਭਾਵਿਤ ਖਾਲਿਸਤਾਨੀ ਸੰਬੰਧਾਂ ਦੀ ਜਾਂਚ ਲਈ ਇੱਕ ਗਰੁੱਪ ਬਾਰੇ ਵੇਰਵੇ ਜਾਣਨ ਲਈ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਪੱਤਰ ਲਿਖਿਆ ਹੈ। ਜ਼ਿਕਰਯੋਗ ਹੈ ਕਿ ਰੋहिणी ਦੇ ਪ੍ਰਸ਼ਾਂਤ ਵਿਹਾਰ ਖੇਤਰ ਦੇ ਵਿੱਚ ਬੀਤੇ ਦਿਨ CRPF ਸਕੂਲ ਦੇ ਕੋਲ ਇੱਕ ਧਮਾਕਾ ਹੋਇਆ ਸੀ। ਇਸ ਧਮਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਇੱਕ ਸਾਈਨ ਬੋਰਡ ਨੇੜਲੀਆ ਦੁਕਾਨਾਂ ਦੇ ਹੋਲਡਿੰਗ ਅਤੇ ਮੌਕੇ ਤੇ ਖੜੇ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ। ਪੁਲਿਸ ਉਤਰਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਘਟਨੇ ਤੋਂ ਪਹਿਲਾਂ ਹੀ ਰਾਤ ਇੱਕ ਸ਼ੱਕੀ ਦੀ CCTV ਫੁਟੇਜ ਬਰਾਮਦ ਕੀਤੀ ਹੈ ਮੀਡੀਆ ਤੇ ਇੱਕ ਕਥਿਤ ਟੈਲੀਗ੍ਰਾਮ ਪੋਸਟ ਸਰਕੂਲੇਟ ਹੋਈ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਇਹ ਤਮਾਕਾ ਕਥਿਤ ਤੌਰ ਤੇ ਭਾਰਤੀ ਏਜੰਟਾਂ ਦੁਆਰਾ ਖਾਲਿਸਤਾਨ ਪੱਖੀ ਵਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੇ ਬਦਲੇ ਵਜੋਂ ਕੀਤਾ ਗਿਆ ਇੱਕ ਪੁਲਿਸ ਸੂਤਰ ਮੁਤਾਬਕ ਦਿੱਲੀ ਪੁਲਿਸ ਨੇ ਪੋਸਟ ਨਾਲ ਜੁੜੇ ਜਸਟਿਸ ਲੀਗ ਇੰਡੀਅਨ ਗਰੁੱਪ ਦੇ ਨਿਰਮਾਤਾ ਦੇ ਵੇਰਵੇ ਜਾਣਨ ਲਈ ਟੈਲੀਗ੍ਰਾਮ ਨੂੰ ਲਿਖਿਆ ਜਿਸ ਵਿੱਚ ਤਮਾਕੇ ਦੀ ਸੀਸੀਟੀਵੀ ਫੁਟੇਜ ਦੀ ਵੀਡੀਓ ਨੂੰ ਖਾਲਿਸਤਾਨ ਜ਼ਿੰਦਾਬਾਦ ਵਾਟਰਮਾਰਕ ਦੇ ਨਾਲ ਸਾਂਝਾ ਕੀਤਾ ਗਿਆ ਸੀ ਅਮਰੀਕੀ ਉਦਯੋਗਪਤੀ ਐਲਨ ਮਸਕ ਨੇ ਇੱਕ ਵਾਰ ਫੇਰ ਈਵੀਐਮ ਤੇ ਸਵਾਲ ਖੜੇ ਕੀਤੇ ਨੇ ਮਸਕ ਨੇ ਕਿਹਾ ਹੈ ਕਿ VOTING ਮਸ਼ੀਨਾ ਚੋਣਾ ਵਿੱਚ ਧੰਦਲੀ ਦਾ ਕਾਰਨ ਬਣਦੀਆਂ ਨੇ ਉਹਨਾਂ ਬੈਲਟ ਪੇਪਰਾਂ ਰਾਹੀਂ ਚੋਣਾ ਕਰਵਾਉਣ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਖੁਦ ਟੈਕਨੋਲੋਜੀ ਨਾਲ ਜੁੜਿਆ ਹੋਇਆ ਹਾਂ ਇਹੀ ਕਾਰਨ ਹੈ ਕਿ ਕੰਪਿਊਟਰ ਪ੍ਰੋਗਰਾਮਾਂ 'ਤੇ ਜ਼ਿਆਦਾ ਭਰੋਸਾ ਨਹੀਂ ਕਰ ਸਕਦੇ ਹੈਕ ਕਰਨਾ ਆਸਾਨ ਹੈ ਉਹਨਾਂ ਕਿਹਾ ਹੈ ਕਿ ਫਲਾਡੈਲਫੀਆ ਅਤੇ ਮੈਰੀਕੋਪਾ ਕਾਉਂਟੀ ਦੇ ਵਿੱਚ ਡੋਮੀਨੀਅਨ VOTING ਮਸ਼ੀਨਾ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹਰ ਕੋਈ ਕਈ ਥਾਵਾਂ ਤੇ ਅਜਿਹਾ ਨਹੀਂ ਕੀਤਾ ਜਾਂਦਾ ਕਿ ਇਹ ਇਤਫਾਕ ਨਹੀਂ ਜਾਪਦਾ ਮਸਕ ਨੇ ਆਖ ਨੇ ਵੈਲਟ ਪੇਪਰਾਂ ਦੀ ਗਿਣਤੀ ਵੀ ਹੱਥਾਂ ਨਾਲ ਹੋਣੀ ਚਾਹੀਦੀ ਹੈ ਐ ਸੱਜ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਨੇ ਇੱਕ ਵਾਰ ਫੇਰ ਏਅਰ ਇੰਡੀਆ ਵਿੱਚ ਸਫ਼ਰ ਨਾ ਕਰਨ ਦੀ ਧਮਕੀ ਦਿੱਤੀ ਹੈ ਪੰਨੂ ਨੇ 1984 ਦੇ ਸਿੱਖ ਕਤਲੇਆਮ ਦਾ ਬਦਲਾ ਲੈਣ ਦੀ ਗੱਲ ਕੀਤੀ ਇਹ ਦੂਜੀ ਵਾਰ ਹੈ ਜਦੋਂ ਪੰਨੂ ਨੇ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ ਹੈ ਪਿਛਲੇ ਸਾਲ ਐਨਆਈਏ ਨੇ ਕਿਸੇ ਅਖਤੇ ਕੇਸ ਦਾਜ ਕੀਤਾ ਸੀ ਤੇ ਪੰਨੂ ਨੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਲਗਾਇਆ ਸੀ ਜਿਸ ਨਿਵਾਕ ਵਾਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਨਵੀਂ ਵੀਡੀਓ ਵਾਇਰਲ ਕੀਤੀ ਹੈ। ਪੰਨੂ ਨੇ ਇਸ ਵੀਡੀਓ 'ਚ ਸਾਫ਼ ਕਹਿ ਦਿੱਤਾ ਹੈ, ਇੱਕ ਤਾਂ 19 ਨਵੰਬਰ ਤੱਕ 에য়ার ਇੰਡੀਆ 'ਚ ਸਫ਼ਰ ਨਾ ਕਰੋ। ਨਵੰਬਰ 1984 ਦੇ ਸਿੱਖ ਕਤਲੇਆਮ ਦੀ 40ਵੀਂ ਵਰ੍ਹੇ ਹੈ ਜਿਸ ਦੇ ਵਿਰੋਧ ਵਿੱਚ 6 फॉर ਜਸਟਿਸ ਨੇ ਸਾਰਿਆਂ ਨੂੰ 에য়ার ਇੰਡੀਆ ਵਿੱਚ ਸਫ਼ਰ ਨਾ ਕਰਨ ਲਈ ਆਖਿਆ। ਪੰਨੂ ਨੇ ਇਸ ਵੀਡੀਓ ਦੇ ਵਿੱਚ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ 1984 'ਚ 13000 ਤੋਂ ਵੱਧ ਸਿੱਖ ਮਾਰੇ ਗਏ ਸਨ, ਉਹਨਾਂ ਦੇ ਬੱਚੇ ਮਾਰੇ ਗਏ ਸਨ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਆਪਣੇ ਖਿਲਾਫ ਕੇਸ ਦਰਜ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਹੈ। ਉਹਨਾਂ ਤੇ ਝੂਠੀ ਗਵਾਹੀ ਦੇਣ ਲਈ ਧਮਕੀਆਂ ਦੇਣ ਅਤੇ ਦਬਾਅ ਪਾਉਣ ਦਾ ਇਲਜ਼ਾਮ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਅਦਾਲਤ ਚ ਹੋਵੇਗੀ। ਖੈਰਾ ਨੂੰ ਪਿਛਲੇ ਸਾਲ ਸਤੰਬਰ ਚ ਜਲਾਲਾਬਾਦ ਪੁਲਿਸ ਨੇ 2015 ਚ ਨਸ਼ਾ ਤਸਕਰੀ ਦੇ ਕੇਸ ਚ ਗ੍ਰਿਫਤਾਰ ਕੀਤਾ ਤੇ ਚੰਡੀਗੜ੍ਹ ਸਥੇਤ ਉਹਨਾਂ ਦੀ ਰਿਹਾਈ ਤੋਂ ਗ੍ਰਿਫਤਾਰ ਕੀਤਾ ਸੀ। 4 ਨਵੰਬਰ 2024 ਨੂੰ ਉਹਨਾਂ ਨੂੰ ਇਸ ਮਾਮਲੇ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਕਪੂਰਥਲਾ ਚ ਉਹ ਦੇ ਤੋਂ ਬਾਅਦ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮਾਮਲੇ 'ਚ ਉਹਨਾਂ ਨੂੰ ਹਾਈ ਕੋਰਟ ਨੇ ਮੁੜ ਜ਼ਮਾਨਤ ਦਿੱਤੀ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਉੱਤਰੀ ਗਾਜ਼ਾ 'ਚ ਕਈ ਕਰਤ ਦੇ ਹਮਲੇ ਕੀਤੇ ਗਏ ਤੇ 87 ਲੋਕ ਮਾਰੇ ਗਏ ਜਲਾਪਤ ਹਨ। ਮੰਤਰਾਲੇ ਨੇ ਕਿਹਾ ਬੀਤ ਲਾਹਿਆ ਸ਼ਹਿਰ ਦੇ ਅੱਧੀ ਰਾਤ ਨੂੰ ਕੀਤੇ ਹਮਲਿਆਂ 'ਚ 40 ਲੋਕ ਜ਼ਖਮੀ ਹੋਏ। ਗਾਜ਼ਾ ਦੇ ਉੱਤਰੀ ਕੰਢੇ ਉੱਤੇ ਪੈਂਦਾ ਬੀਤ ਲਾਹਿਆ ਸਾਲ ਪਹਿਲਾਂ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੇ ਪਹਿਲਾਂ ਨਿਸ਼ਾਨਿਆਂ ਵਿੱਚੋਂ ਇੱਕ ਸੀ। ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਵਿੱਚ ਨਿਹਾਥੇ ਨਾਗਰਿਕਾਂ ਉੱਤੇ ਕੀਤੇ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਅਧਾਰਿਤ ਦਹਿਸ਼ਤੀ ਤਨਜ਼ੀਮ ਦਾ ਰੈਜ਼ਿਸਟੈਂਸ ਫਰੰਟ ਨੇ ਲਈ ਹੈ ਤੇ ਇਸ ਹਮਲੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋਈ ਹੈ ਕਿਉਂਕਿ ਹਮਲੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੇ ਵੀ ਹਸਪਤਾਲ 'ਚ ਦਮ ਤੋੜ ਦਿੱਤਾ ਤੇ ਸੂਤਰਾਂ ਮੁਤਾਬਕ ਇਸ ਹਮਲੇ ਦਾ ਮੁਖੀ ਸਾਜ਼ਿਸ਼ ਕਾੜਾ ਪਾਕਿਸਤਾਨ ਰਹਿੰਦਾ ਟੀਆਰਐਫ ਦਾ ਸ਼ੇਖ ਸਾਜ਼ਦ ਗੁਲ ਹੈ ਉਸ ਦੀ ਹਦਾਇਤਾ ਉੱਤੇ ਟੀਆਰਐਫ ਦਾ ਸਥਾਨ ਮੋਡਿਊਲ ਸਰਗਰਪ ਹੋਇਆ ਜਿਨੇ ਪਹਿਲੀ ਵਾਰ ਕਸ਼ਮੀਰੀਆਂ ਤੇ ਗੈਰ ਕਸ਼ਮੀਰੀਆਂ ਨੂੰ ਇਕੱਠਿਆਂ ਨਿ ਦੇ ਗਗਨਗੀਰ ਇਲਾਕੇ ਦੇ ਵਿੱਚ ਇਸ ਹਮਲੇ ਨੂੰ 2 ਤੋਂ 3 دہشت گردਾਂ ਨੇ ਅੰਦਾਜ਼ਾ ਦਿੱਤਾ। ਪੰਜਾਬ ਦੇ ਵਿੱਚ ਪਲਕੇ 20000 ਸਕੂਲਾਂ 'ਚ ਮੈਗਾ ਪੀਟੀਐਮ ਹੋਵੇਗੀ ਇਸ ਮੀਟਿੰਗ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਾਰੇ ਮੰਤਰੀ ਵਿਧਾਇਕ ਸ਼ਿਰਕਤ ਕਰਨਗੇ ਸੀਐਮ ਭਗਵੰਤ ਮਾਨ ਖੁਦ ਇਸ ਸਕੂਲ ਦਾ ਦੌਰਾ ਕਰਨਗੇ ਜਾਣਕਾਰੀ ਅੱਜ ਦਿੱਤੀ ਗਈ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਉਹਨਾਂ ਨੇ ਪੰਜਾਬੀ ਪਵਨ ਦੇ ਵਿਖੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੌਰਾਨ ساری ਗੱਲਬਾਤ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਸੂਬੇ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਵੀ ਇਹਨਾਂ ਪੀਟੀਐਮਸ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਕਿਉਂਕਿ ਸੂਬੇ ਦੇ ਸਕੂਲਾਂ ਦਾ ਵਿਕਾਸ ਇਹਨਾਂ ਤੋਂ ਬਿਨਾ ਸੰਭਵ ਨਹੀਂ ਕਿਉਂਕਿ ਸਕੂਲਾਂ ਵਿੱਚ ਕਈ ਤਰ੍ਹਾਂ ਦੇ ਕੰ ਦੇ ਸੈਕਿੰਡ ਮੈਗਾ ਪੀਟੀਐਮ ਸਵੇਰੇ 9:30 ਤੋਂ ਦੁਪਹਿਰ 2:30 ਵਜੇ ਤੱਕ ਚੱਲੇਗੀ ਜਿਸ ਦੌਰਾਨ ਸਕੂਲਾਂ ਦੇ ਵਿੱਚ ਪਹੁੰਚਣ ਵਾਲੇ ਮਾਪਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਣਾ ਹੈ ਸਕੂਲਾਂ ਨੂੰ ਚੰਗੀ ਤਰ੍ਹਾਂ ਸਜਾਇਆ ਜਾਵੇਗਾ ਮੀਟਿੰਗ ਦੇ ਵਿੱਚ ਬੱਚਿਆਂ ਦੇ ਨਤੀਜੇ ਮਾਪਿਆਂ ਨੂੰ ਸੌਂਪੇ ਜਾਣਗੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਾਪਿਆਂ ਨੂੰ ਬੱਚਿਆਂ ਦੀਆਂ ਕਮੀਆਂ ਤੇ ਚੰਗੀਆਂ ਗੱਲਾਂ ਬਾਰੇ ਦੱਸਿਆ ਜਾਵੇਗਾ ਜਿਸ ਤੋਂ ਇਲਾਵਾ ਉਹਨਾਂ ਨੂੰ ਫੀਡਬੈਕ ਵੀ ਦਿੱਤਾ ਜਾਵੇਗਾ ਇਹ ਸੁਝਾ ਉਹਨਾਂ ਕੋਲ ਕੱਲ ਆਉਣਗੇ ਇਹਨਾਂ ਸੁਝਾਵਾਂ ਨੂੰ ਉਹਨਾਂ ਦੀ ਤਰਫੋਂ ਵੀ ਲਾਗੂ ਕੀਤਾ ਜਾਵੇਗਾ ਸੋ ਇਹ ਸੰਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇਵੋ